ਮੇਰਾ ਬੱਚਾ ਇੱਕ ਦੀ ਪਲੱਸ ਟੂ ਪਾਸ ਕਰਕੇ ਹਟਿਆ ਸੀਗਾ। ਇਹ ਰਾਮਪੁਰ ਤੋਂ ਜੀ ਮੈਡਮ ਸੀਗੀ, ਆਪਣੇ ਜਟਾਣੇ ਸਕੂਲ 'ਚ ਪੜ੍ਹਾਉਂਦੀ ਹੈ ਜੀ। ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ। ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗੁਲ 'ਚ ਇਹਨੂੰ ਫਸਾਇਆ, ਇਹਨੂੰ ਬੇਟੇ ਨੂੰ। ਹੁਣੇ ਤਾਂ ਬੱਚਾ ਸੀ, ਇਹਨੂੰ ਤਾਂ ਕੁਛ ਪਤਾ ਨਹੀਂ, ਉਹ ਤਾਂ 35-37 ਸਾਲ ਦੀ ਸੀ। ਕਿੱਥੇ ਇਹਨੂੰ ਹਲੇ 19ਵਾਂ ਲੱਗ ਕੇ 20ਵਾਂ ਪੂਰਾ ਹੋਇਆ। ਇਹ ਪਹਿਲਾਂ ਹੀ ਸੰਬੰਧ ਸੀਗੇ ਜੀ ਮੈਡਮ ਨਾਲ, ਸਾਨੂੰ ਜਾਣੀ ਵੈਸੇ ਪਤਾ ਨਹੀਂ ਸੀ। ਇਹਦੇ ਨਾਲ ਦੇ ਜਿਹੜੇ ਬੱਚੇ ਨੇ ਇਹਦੇ ਨਾਲ ਰਹਿੰਦੇ ਸੀਗੇ, ਉਹ ਹੁਣ ਦੱਸ ਰਹੇ ਨੇ, ਕਹਿੰਦੇ ਬਹੁਤ 3-4 ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ। ਉੱਧਰੋਂ ਆਉਂਦੇ ਸੀਗੇ ਚਾਰ ਪਾ ਕੇ ਕੋਟਕਪੂਰ ਆਏ ਤੋਂ, ਜਦ ਕਟਾਣੀ ਵਾਲੇ ਪੁਲਿਸ ਤੇ ਆ ਕੇ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮੇਰਾ ਬੱਚਾ ਇੱਕ ਦੀ ਪਲੱਸ ਟੂ ਪਾਸ ਕਰਕੇ ਹਟਿਆ ਸੀਗਾ। ਇਹ ਰਾਮਪੁਰ ਤੋਂ ਜੀ ਮੈਡਮ ਸੀਗੀ, ਆਪਣੇ ਜਟਾਣੇ ਸਕੂਲ 'ਚ ਪੜ੍ਹਾਉਂਦੀ ਹੈ ਜੀ। ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ। ਅਤੇ ਜੀ ਬਾਕੀ ਇਹ ਚੈਟ ਚੂਟ ਵੀ ਕਰਦੇ ਸੀ ਇੱਕ ਦੂਸਰੇ ਨੂੰ, ਅਤੇ ਮੈਸੇਜ ਮੂਸੇਜ ਭੇਜਦੇ ਸੀਗੇ। ਇਹ ਜੀ 3-4 ਦਿਨਾਂ ਤੋਂ ਧਮਕੀਆਂ ਮਾਰ ਰਹੇ ਨੇ ਬੱਚੇ ਨੂੰ, ਮੇਰੇ ਨੂੰ। ਅਤੇ ਘਰੇ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ, ਧਮਕੀਆਂ ਮਾਰ ਮਾਰ ਕੇ ਉਹਨੂੰ ਕਹੀ ਗਏ ਨੇ, ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੁਸਾਈਡ ਕਰ ਲਾ, ਨਹੀਂ ਤੇਰਾ ਅਸੀਂ ਕਰ ਦਾਂਗੇ। ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡਿੰਗਾਂ ਨੇ ਜੀ, ਅਤੇ ਬਾਕੀ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ। ਆਪਾਂ ਨੂੰ ਜੀ ਪੁਲਿਸ ਪ੍ਰਸ਼ਾਸਨ ਕੋਲੋਂ ਕਟਾਣੀ ਆਪਣੀ ਰਿਪੋਰਟ ਕਰਾਈ ਆ, ਆਪਣਾ ਪੂਰਾ ਇਨਸਾਫ਼ ਹੋਣਾ ਚਾਹੀਦਾ ਜੀ। ਇਹ ਨਹੀਂ ਤਾਂ ਜੀ ਕੱਲ੍ਹ ਨੂੰ ਕਿਸੇ ਹੋਰ ਬੱਚੇ ਨਾਲ ਵੀ ਇਹੋ ਜਿਹੀ ਗੱਲਬਾਤ ਹੋ ਸਕਦੀ ਆ। ਮੇਰੀ ਤਾਂ ਜੀ ਹੁਣ ਦੁਨੀਆ ਉਜਾੜਤੀ ਇਹਨਾਂ ਨੇ। ਕਿੰਨੇ ਬੱਚੇ ਨੇ ਤੁਹਾਡੇ? 2-3 ਬੱਚੇ ਨੇ ਜੀ, 2 ਮੁੰਡੇ ਨੇ, 1 ਗੁੱਡੀ ਆ ਜੀ। ਕੀ ਕੰਮ ਹੁਣ ਇਹ ਪੜ੍ਹ ਕੇ ਹਟਿਆ ਸੀ? ਇਹ ਪੜ੍ਹ ਕੇ ਹਟਿਆ ਸੀਗਾ ਜੀ। ਇਹ ਟਰੈਕਟਰ ਚਲਾਉਣ ਦਾ ਬਾਹਲਾ ਸ਼ੌਂਕ ਸੀਗਾ, ਡਰਾਈਵਰੀ ਦਾ ਜੀ। ਟਰੈਕਟਰ ਚਲਾਉਂਦਾ ਸੀਗਾ ਜੀ। ਇਹ ਚਾਰ ਪਾਉਣ ਗਏ ਸੀ ਕੋਟ ਕੰਗੂਰ ਆਏ ਜੀ, ਇਹ ਉੱਥੋਂ ਆ ਰਹੇ ਸੀਗੇ। ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਮੈਡਮ ਨਾਲ ਕੁਛ? ਇਹ ਪਹਿਲਾਂ ਹੀ ਸੰਬੰਧ ਸੀਗੇ ਜੀ ਮੈਡਮ ਨਾਲ, ਸਾਨੂੰ ਜਾਣੀ ਵੈਸੇ ਪਤਾ ਨਹੀਂ ਸੀ। ਇਹਦੇ ਨਾਲ ਦੇ ਜਿਹੜੇ ਬੱਚੇ ਨੇ ਇਹਦੇ ਨਾਲ ਰਹਿੰਦੇ ਸੀਗੇ, ਹੁਣ ਦੱਸ ਰਹੇ ਨੇ, ਕਹਿੰਦੇ ਬਹੁਤ 3-4 ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ। ਸਕੂਲ 'ਚ ਪੜ੍ਹਦੇ? ਹਾਂਜੀ, ਸਕੂਲ ਪੜ੍ਹਦੇ। ਹਾਂਜੀ, ਤੇ ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਮੰਗ ਇਹੀ ਕਰਦੇ ਹਾਂ ਜੀ ਵੀ ਸਾਡੇ ਨਾਲ ਪੂਰਾ ਇਨਸਾਫ਼ ਹੋਣਾ ਚਾਹੀਦਾ, ਕੋਈ ਸਾਡੇ 'ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ। ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਹਾਂ ਵੀ ਅਸੀਂ ਤਾਂ ਗਰੀਬ ਬੰਦੇ ਹਾਂ ਜੀ, ਇਹ ਬੰਦੇ ਤਕੜੇ ਨੇ, ਇਹਦੇ ਘਰ ਵਾਲਾ ਵੀ ਨੌਕਰੀ ਕਰਦਾ ਜੀ, ਇਹ ਵੀ ਨੌਕਰੀ ਕਰਦੀ ਆ, ਕਹਾਂ ਇਹਦਾ ਦਿਓਰ ਆ ਜੀ, ਉਹ ਆਈਲੈਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ, ਉਹਨੇ ਤਾਂ ਜੀ ਕਈ ਦਿਨ ਧਮਕੀਆਂ ਮਾਰੀ ਗਿਆ ਇਹਨੂੰ, ਇਹਦਾ ਜਿਹੜਾ ਦਿਓਰ ਆ ਜੀ। ਹੁਣ ਮੁੰਡਾ ਕੀ, ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਉਹਨੇ ਕੀ ਕੀਤਾ? ਇਹ ਸਾਡਾ ਜੀ ਭਾਣਜਾ ਸੀਗਾ ਨਾਲ, ਉੱਧਰੋਂ ਆਉਂਦੇ ਸੀਗੇ ਚਾਰ ਪਾ ਕੇ ਕੋਟਕਪੂਰ ਆਏ ਤੋਂ, ਜਦ ਕਟਾਣੀ ਵਾਲੇ ਪੁਲਿਸ ਤੇ ਆ ਕੇ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮਾਰੀ। ਇਹ ਪਰਸੋਂ ਦੀ ਗੱਲ ਆ ਜੀ, ਨਹਿਰ ਦੇ ਵਿੱਚ ਛਾਲ ਮਾਰ ਗਈ, ਕੱਲ ਦੀ ਗੱਲ ਆ ਜੀ ਤੜਕੇ। ਨਹੀਂ ਲੱਭੀ ਨੀ ਜੀ ਹਜੇ, ਬੰਦੇ ਆਪਣੇ ਬਿਠਾਏ ਹੋਏ ਨੇ ਪੁਲਾਂ ਤੇ, ਕੋਟਲੀ ਦੇ ਪੁਲ ਦੇ ਮੇਨ ਪੁਲ ਆ ਜਿਹੜਾ, ਜਿੱਥੋਂ ਆਪਣੀਆਂ ਨਹਿਰਾਂ ਪਾੜਦੀਆਂ ਨੇ, ਉੱਥੇ ਆਪਣੇ ਬੰਦੇ ਬੈਠੇ ਨੇ ਜੀ। ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਛ ਜਿਹੜਾ ਵੀ ਚੈਟ ਚੂਟ ਕਰਦਾ, ਉਹ ਦੱਸ ਕੇ ਗਿਆ ਜੀ ਸਾਰਾ ਕੁਛ ਮੇਰੇ ਭਾਣਜੇ ਨੂੰ ਵੀ ਮੋਬਾਈਲ ਦੇ ਵਿੱਚ ਸਭ ਕੁਛ ਆ, ਤੁਸੀਂ ਆਪਦਾ ਹੱਲ ਕਰ ਲਿਓ। ਉਹ ਡਰੇ ਇੰਨਾ ਗਿਆ ਸੀਗਾ ਜੀ, ਧਮਕੀਆਂ ਉਹਨੂੰ ਇਹੋ ਜਿਹੀਆਂ ਮਾਰਦੇ ਸੀਗੇ ਵੀ ਤੈਨੂੰ ਅਸੀਂ ਐਂ ਕਰ ਦਾਂਗੇ, ਤੈਨੂੰ ਅਸੀਂ ਉਹ ਕਰ ਦਾਂਗੇ, ਬਸ ਇੰਨੇ ਜਣੀ ਡਰ ਦੇ ਵਿੱਚ ਪੈ ਗਿਆ ਸੀ। ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋਲ ਸਾਡੇ ਕੋਲ, ਇਹ ਜਣੀ ਗੱਲ ਦਾ ਮਾਰਾ ਹੀ ਉਹ ਖੁਦਕੁਸ਼ੀ ਕਰ ਗਿਆ। ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗੁਲ 'ਚ ਇਹਨੂੰ ਫਸਾਇਆ, ਇਹਨੂੰ ਬੇਟੇ ਨੂੰ। ਹੁਣੇ ਤਾਂ ਬੱਚਾ ਸੀ, ਇਹਨੂੰ ਤਾਂ ਕੁਛ ਪਤਾ ਨਹੀਂ, ਉਹ ਤਾਂ 35-37 ਸਾਲ ਦੀ ਸੀ। ਕਿੱਥੇ ਇਹਨੂੰ ਹਲੇ 19ਵਾਂ ਲੱਗ ਕੇ 20ਵਾਂ ਪੂਰਾ ਹੋਇਆ।
ਹੁਣ ਇਹ ਬੱਚੇ ਦੇ ਤਾਂ ਦਿਮਾਗ 'ਚ ਕੁਛ ਨਹੀਂ ਸੀ, ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ, ਇਹ ਵਧੀਆ ਗੱਲ ਆ ਜੀ। ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ, ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ। ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿੱਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਈਦੇ ਨੇ, ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ, ਫਿਰ ਬੱਚਿਆਂ ਨੂੰ ਕਿੱਥੋਂ ਸਕੂਲ 'ਚ ਭੇਜਿਆ ਜੂ? ਅੱਜ ਤਾਂ ਇਹ ਮੈਡਮ ਨੇ ਕੀਤਾ, ਕੱਲ੍ਹ ਨੂੰ ਕੋਈ ਸਰ ਵੀ ਕਰੂਗਾ ਜੀ, ਹੈ ਕਿ ਨਹੀਂ? ਕੱਲ੍ਹ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਹੈਗੀਆਂ ਸਕੂਲ 'ਚ, ਜਦੋਂ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ? ਅਸੀਂ ਤਾਂ ਜੀ ਇਹੀ ਮੰਗ ਕਰਦੇ ਹਾਂ, ਸਾਡਾ ਬੱਚਾ ਗਿਆ ਨਾ ਜਿਹੜਾ, ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ, ਤਾਂ ਸਾਨੂੰ ਵੀ ਬੰਦੇ ਪਿੱਛੇ ਬੰਦਾ ਹੀ ਚਾਹੀਦਾ। ਸਾਨੂੰ ਕੁਛ ਨਹੀਂ ਸੀ ਪਤਾ ਸਰ ਘਰ ਦੇ ਵਿੱਚ, ਸਾਨੂੰ ਹੁਣ ਪਤਾ ਲੱਗ ਰਿਹਾ, ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ, ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ, ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ। ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਆ, ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ, ਉਹਦੇ ਫੋਨ ਦੇ ਵਿੱਚ ਸਾਰਾ ਕੁਛ ਰਿਕਾਰਡ ਆ ਜੀ, ਰਿਕਾਰਡ ਵੀ ਕੀਤਾ ਹੋਇਆ, ਵਿੱਚ ਪ੍ਰੂਫ ਵੀ ਸਾਰੇ ਪਏ ਨੇ। ਉਹਨੇ ਜਦ ਡਿੱਗਣ ਲੱਗਿਆ ਉਹਨੇ ਫੋਨ ਰੱਖਿਆ, ਉਹ ਮੁੰਡਾ ਸੀ ਸਾਡਾ ਭਾਣਜਾ ਨਾਲ, ਮਤਲਬ ਉਹਨੂੰ ਧੱਕਾ ਦੇ ਕੇ ਉਹਨੇ ਛਾਲ ਮਾਰੀ ਆ, ਫੋਨ ਰੱਖਤਾ, ਕਹਿੰਦਾ ਲਵੀ ਆ ਫੋਨ ਪਿਆ ਇਹਦੇ ਵਿੱਚ, ਸਾਰੇ ਪ੍ਰੂਫ ਨੇ। ਹੁਣ ਉਹ ਫੋਨ ਸਾਡਾ ਪੁਲਿਸ ਥਾਣੇ ਦੇ ਵਿੱਚ ਆ, ਉਹ ਫੋਨ ਦੇ ਵਿੱਚ ਵੀ ਪ੍ਰੂਫ ਨੇ ਸਾਰੇ, ਸਾਡੇ ਕੋਲ ਵੀ ਨੇ। ਹਾਂਜੀ, ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਣੀ ਨਹੀਂ ਚਾਹੀਦੀ, ਅਤੇ ਕਾਰਵਾਈ ਪੂਰੇ ਸਟਾਫ 'ਤੇ ਹੋਣੀ ਚਾਹੀਦੀ ਆ ਜੀ। ਜਦੋਂ ਮੈਡਮ ਇੱਥੇ ਆ ਤਾਂ ਹਾਜ਼ਰੀ ਕਿਵੇਂ ਲੱਗ ਸਕਦੀ ਹੈ ਮੈਡਮ ਦੀ? ਇਹ ਸਰਕਾਰੀ ਸਕੂਲ ਆ ਜੀ ਇੱਥੇ ਜਟਾਣੇ ਦੇ ਵਿੱਚ, ਸੀਨੀਅਰ ਸੈਕੰਡਰੀ ਸਰਕਾਰੀ ਸਕੂਲ।